ਤੁਹਾਨੂੰ ਜਿਹੜੀ ਚੀਜ਼ ਹੋਣ ਜਾ ਰਿਹਾ ਹੈਗਾ ਬਹੁਤ ਹੀ ਸ਼ਾਨਦਾਰ ਮਨਮੋਹਕ ਦਿਲ ਨੂੰ ਛੂ ਜਾਣ ਵਾਲਾ ਅੰਤਰਾਤਮਾ ਤੱਕ ਵਸ ਜਾਣ ਵਾਲਾ ਝਰਨਾ। ਚਲ ਦੋਸਤੋ ਇਸ ਟਾਈਮ ਖੜ੍ਹੇ ਹਾਂ ਰਾਮਬਨ ਬਨਿਆਲ ਦੇ ਐਨ ਸੈਂਟਰ 'ਚ। ਇਹ ਰੋਡ ਆ ਸ਼੍ਰੀਨਗਰ ਨੂੰ ਜਾਣ ਵਾਲਾ। ਇਹ ਆਹ ਦੇਖੋ ਜੀ ਇੱਕ ਛੋਟਾ ਜਿਹਾ ਹੋਟਲ ਬਣਿਆ ਹੋਇਆ। ਇਹ ਪਹਾੜੀ ਸੱਭਿਆਚਾਰ ਪੁਰਾਤਨ ਸੱਭਿਆਚਾਰ ਜਿਹੜੇ ਪਹਿਲਾਂ ਛੋਟੇ ਛੋਟੇ ਹਰੇਕ ਮੋੜਾਂ 'ਤੇ ਵੈਸੇ ਹੁਣ ਵੀ ਬਹੁਤ ਮਿਲ ਜਾਂਦੇ ਨੇ ਛੋਟੇ ਛੋਟੇ ਮੋੜਾਂ 'ਤੇ ਇੱਦਾਂ ਦੇ ਹੋਟਲ। ਇਹ ਅੰਕਲ ਜੀ ਬਣਾਉਂਦੇ ਨੇ ਮਿੱਠੇ ਪੂੜੇ ਅਤੇ ਰਾਜਮਾਂਹ ਚਾਵਲ। ਪੂੜੇ ਮੈਂ ਖਾਧੇ ਨੇ, ਇਹਨਾਂ ਦੇ ਬਹੁਤ ਸਵਾਦ ਲੱਗੇ, ਸਿਰਾ ਗੱਲਬਾਤ ਆ। ਜੇ ਤੁਸੀਂ ਵੀ ਆਉਂ ਤਾਂ ਜ਼ਰੂਰ ਖੜੋ। ਟ੍ਰੈਫਿਕ ਪੂਰਾ ਤੇਜ਼ ਚੱਲ ਰਿਹਾ ਹੈਗਾ ਅਤੇ ਇਸ ਕਰਕੇ ਕਿਉਂਕਿ ਜਿਹੜਾ ਇਹ ਰੋਡ ਦਾ ਕੰਮ ਆ ਅੰਡਰ ਕੰਸਟਰਕਸ਼ਨ ਹੈਗਾ। ਰੋਡ ਦਾ ਕੁਛ ਕੁ ਇਲਾਕਿਆਂ 'ਚ ਬਣ ਚੁੱਕਿਆ ਹੈਗਾ। ਸ਼੍ਰੀਨਗਰ ਤੋਂ ਆ ਰਹੇ ਹਾਂ ਪਿੱਛੋਂ ਮੈਦਾਨੀ ਇਲਾਕੇ ਨੇ ਜਿਹੜੇ ਉੱਥੇ ਕੰਪਲੀਟ ਹੋ ਚੁੱਕੇ ਆ। ਪਹਾੜੀ ਇਲਾਕਿਆਂ 'ਚ ਕਿਤੇ ਬਣਿਆ ਕਿਤੇ ਨਾ ਬਣਿਆ ਤੁਸੀਂ ਦੇਖ ਸਕਦੇ ਹੋ। ਆਹ ਤਿੰਨ ਟਾਇਰਾਂ ਵਾਲਾ ਭੂੰਡ ਵੀ ਚੱਲੀ ਜਾਂਦਾ ਇੱਥੇ ਸਿੱਧੀਆਂ ਟੱਕਰਾਂ 'ਚ। ਅਤੇ ਹੁਣ ਮੈਂ ਤੁਹਾਨੂੰ ਜਿਹੜੀ ਚੀਜ਼ ਹੋਣ ਜਾ ਰਿਹਾ ਹੈਗਾ ਬਹੁਤ ਹੀ ਸ਼ਾਨਦਾਰ ਮਨਮੋਹਕ ਦਿਲ ਨੂੰ ਛੂ ਜਾਣ ਵਾਲਾ ਅੰਤਰਾਤਮਾ ਤੱਕ ਵਸ ਜਾਣ ਵਾਲਾ ਝਰਨਾ। ਝਰਨਾ ਵੀ ਕੀ ਅੰਮ੍ਰਿਤ ਵਗਦਾ, ਬਹੁਤ ਹੀ ਠੰਡਾ ਪਾਣੀ ਆ ਦਾ, ਸਾਫ਼ ਸ਼ੁੱਧ ਪਾਣੀ ਆ ਜੀ। ਇਹ ਬਾਕੀ ਜਿਹੜਾ ਦ੍ਰਿਸ਼ ਬਣਾ ਰਿਹਾ ਇਹ ਬਹੁਤ ਹੀ ਸੋਹਣਾ ਬਣਾ ਰਿਹਾ ਹੈਗਾ। ਇਹ ਤੁਸੀਂ ਆਹ ਦੇਖੋ ਪਹਾੜ, ਇਹ ਤੁਸੀਂ ਜਦੋਂ ਸ਼੍ਰੀਨਗਰ ਨੂੰ ਜਾਂਦੇ ਹੋ ਤਾਂ ਜਿਹੜਾ ਰਾਮਬਨ ਸ਼ਹਿਰ ਆ ਉਹਨੂੰ ਲੰਘ ਕੇ ਅੱਗੇ ਆਉਂਦਾ ਹੈਗਾ ਬਨਿਆਲ। ਬਨਿਆਲ ਅਤੇ ਰਾਮਬਨ ਦੇ ਲਗਭਗ ਸੈਂਟਰ ਜੇ ਤਾਂ ਜੀ ਇਹ ਬਹੁਤ ਹੀ ਮਨਮੋਹਕ ਦ੍ਰਿਸ਼ ਜਿਹੜਾ ਉਹ ਇੱਥੇ ਬਣਦਾ ਹੈਗਾ। ਸ਼ੁੱਧ ਪਾਣੀ ਇੱਥੇ ਲੋਕ ਪਾਣੀ ਭਰਦੇ ਨੇ ਕੈਂਪਰਾਂ 'ਚ, ਜਿਹੜੇ ਟਰੱਕ ਡਰਾਈਵਰ ਵੀਰ ਨੇ ਜਾਂ ਹੋਰ ਨਹਾਉਣ ਨੂੰ ਵਾਲੀ ਗੱਲ ਤਾਂ ਕਿਉਂਕਿ ਠੰਡਾ ਬਾਹਲਾ ਹੈਗਾ, ਨਹਾਤਾ ਤਾਂ ਨਹੀਂ ਜਾਂਦਾ ਇੱਥੇ ਆ ਕੇ, ਪਰ ਪਾਣੀ ਸ਼ੁੱਧ ਹੈਗਾ। ਆਹ ਸਪੈਸ਼ਲ ਪਾਣੀ ਭਰਨ ਵਾਸਤੇ ਸਿਸਟਮ ਲਾਇਆ ਹੋਇਆ ਹੈਗਾ ਕਿਸੇ ਸਿਆਣੇ ਸੂਝਵਾਨ ਵੀਰ ਨੇ। ਅਤੇ ਇੱਧਰੋਂ ਤੁਸੀਂ ਹੁਣ ਝਾਕਾ ਵਾਕਾ ਲੈ ਸਕਦੇ ਹੋ ਝਰਨੇ ਦਾ। ਤੁਸੀਂ ਦੇਖ ਸਕਦੇ ਹੋ ਥੱਲੇ ਪੱਥਰ ਐਨ ਸਾਫ਼ ਦਿਖਦੇ ਨੇ, ਜਿੱਥੋਂ ਇਹ ਸਾਬਤ ਹੁੰਦਾ ਵੀ ਕਿੰਨਾ ਨਿਰਮਲ ਜਲ ਆ। ਹੁਣ ਦੇਖੋ ਜੀ ਮਨਮੋਹਕ ਦ੍ਰਿਸ਼ ਝਰਨੇ ਦਾ, ਅਤੇ ਸੁਣੋ ਝਰਨੇ ਦਾ ਮਿਊਜ਼ਿਕ ਕਿੰਨਾ ਘੈਂਟ ਵੱਜ ਰਿਹਾ ਹੈਗਾ। ਤਾਂ ਦੋਸਤੋ ਜਦੋਂ ਵੀ ਸ਼੍ਰੀਨਗਰ ਨੂੰ ਜਾਓ ਇਹ ਹਰ ਸਮੇਂ ਚੱਲਦਾ ਰਹਿੰਦਾ ਹੈਗਾ ਇਹ ਝਰਨਾ। ਇੱਥੇ ਜ਼ਰੂਰ ਰੁਕ ਕੇ ਜੀਵਨ ਦੇ ਆਨੰਦ ਮਾਣੋ, ਖੁਸ਼ਕ ਪਲਾਂ ਨੂੰ ਖੁਸ਼ਗਵਾਰ ਬਣਾਓ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।